ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ, ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਸੁਪਰੀਮ ਕੋਰਟ ਨੇ ਕੀਤੀ ਅਹਿਮ ਟਿੱਪਣੀ, ਕਿਹਾ ਐਂਬੂਲੈਂਸਾਂ, ਬਜ਼ੁਰਗਾਂ, ਔਰਤਾਂ, ਵਿਦਿਆਰਥੀਆਂ ਲਈ ਆਂਸ਼ਿਕ ਤੌਰ ਤੇ ਖੋਲ੍ਹਿਆ ਜਾਵੇ ਸ਼ੰਭੂ ਬਾਰਡਰ। ਦਿੱਲੀ ਆਬਕਾਰੀ ਨੀਤੀ ਮਾਮਲਾ, ਕਵਿਤਾ ਦੀ ਜ਼ਮਾਨਤ ਪਟੀਸ਼ਨ ਉੱਤੇ ਹੋਈ ਸੁਣਵਾਈ। ਸਰਵਉੱਚ ਅਦਾਲਤ ਨੇ ਸੀਬੀਆਈ ਈਡੀ ਤੋਂ ਮੰਗਿਆ ਜਵਾਬ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 20 ਅਗਸਤ ਦੀ ਤਰੀਕ ਤੈਅ ਕੀਤੀ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਪ੍ਰਦਰਸ਼ਨਕਾਰੀ ਨੂੰ ਕੀਤੀ ਅਹਿਮ ਅਪੀਲ, ਕਿਹਾ 19 ਅਗਸਤ ਤੱਕ ਗੈਰ ਕਾਨੂੰਨੀ ਹਥਿਆਰ ਜਮ੍ਹਾਂ ਕਰਵਾਉਣ ਪ੍ਰਦਰਸ਼ਨਕਾਰੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਨੂੰ ਆਂਸ਼ਿਕ ਤੌਰ ਉੱਤੇ ਖੋਲ੍ਹਣ ਦਾ ਹੁਕਮ ਦਿੱਤਾ। ਅਦਾਲਤ ਨੇ ਐਂਬੂਲੈਂਸਾਂ, ਬਜ਼ੁਰਗਾਂ, ਔਰਤਾਂ, ਵਿਦਿਆਰਥੀਆਂ ਆਦਿ ਲਈ ਹਾਈਵੇ ਖੋਲ੍ਹਣ ਦੇ ਹੁਕਮ ਦਿੱਤੇ ਨੇ। ਅਦਾਲਤ ਨੇ ਕਿਹਾ ਕਿ ਦੋਵੇਂ ਪਾਸੇ ਇੱਕ ਲੇਨ ਖੋਲ੍ਹੀ ਜਾਣੀ ਚਾਹੀਦੀ ਹੈ। ਐਂਬੂਲੈਂਸਾਂ, ਬਜ਼ੁਰਗਾਂ, ਔਰਤਾਂ, ਵਿਦਿਆਰਥੀਆਂ ਆਦਿ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਅਧਿਕਾਰੀ ਨੂੰ ਵੀ ਇਸ ਸੰਬੰਧੀ ਇੱਕ ਹਫ਼ਤੇ ਦੇ ਅੰਦਰ ਮੀਟਿੰਗ ਕਰਕੇ ਰੂਪਰੇਖਾ ਤੈਅ ਕਰਨ ਲਈ ਕਿਹਾ। ਹੁਣ ਇਸ ਮਾਮਲੇ ਦੀ ਸੁਣਵਾਈ 22 ਅਗਸਤ ਨੂੰ ਹੋਵੇਗੀ। ਸੁਪਰੀਮ ਕੋਰਟ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਮੇਟੀ ਬਣਾਈ ਗਈ। ਸੁਪਰੀਮ ਕੋਰਟ ਨੇ ਪਟਿਆਲਾ ਅਤੇ ਅੰਬਾਲਾ ਦੇ ਸੀਨੀਅਰ ਪੁਲਿਸ ਕਪਤਾਨਾਂ ਅਤੇ ਦੋਵਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਨੇ। ਸੁਪਰੀਮ ਕੋਰਟ ਨੇ ਕਿਹਾ ਕਿ ਗੈਰ ਸਿਆਸੀ ਕਮੇਟੀ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰੇਗੀ। ਕੇਂਦਰ ਅਤੇ ਪੰਜਾਬ ਨੇ ਕਈ ਨਾਮ ਪੇਸ਼ ਕੀਤੇ ਨੇ। ਸੁਪਰੀਮ ਕੋਰਟ ਨੇ ਕਿਹਾ ਕਿ ਹਾਈਵੇ ਟਰੈਕਟਰਾਂ ਦੀ ਪਾਰਕਿੰਗ ਲਈ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਾਈਵੇ ਨੂੰ ਆਂਸ਼ਿਕ ਤੌਰ ਉੱਤੇ ਐਂਬੂਲੈਂਸਾਂ ਲਈ ਖੋਲ੍ਹਿਆ ਜਾ ਸਕਦਾ ਹੈ। ਇਹ ਜ਼ਰੂਰੀ ਸੇਵਾਵਾਂ ਵਿਦਿਆਰਥੀਆਂ ਅਤੇ ਆਲੇ ਦੁਆਲੇ ਦੇ ਖੇਤਰ ਦੇ ਰੋਜ਼ਾਨਾ ਦੇ ਯਾਤਰੀਆਂ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਹਰਿਆਣਾ ਅਤੇ ਪੰਜਾਬ ਦੋਵੇਂ ਹੀ ਹੱਲ ਕਰ ਲੈਣ ਤਾਂ ਇਸ ਲਈ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ। ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਵਿੱਚ ਕਥਿਤ ਘਪਲੇ ਨਾਲ ਜੁੜੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿੱਚ BRS ਦੀ ਆਗੂ ਕੇ ਕਵਿਤਾ ਦੀ ਜ਼ਮਾਨਤ ਪਟੀਸ਼ਨਾਂ ਉੱਤੇ CBI ਅਤੇ ED ਤੋਂ ਜਵਾਬ ਤਲਬ ਕੀਤਾ ਹੈ। ਜਸਟਿਸ BR ਗਵਈ ਅਤੇ ਜਸਟਿਸ KV ਵਿਸ਼ਵਨਾਥਨ ਦੀ ਬੈਂਚ ਨੇ ਇਹਨਾਂ ਮਾਮਲਿਆਂ ਵਿੱਚ ਕਵਿਤਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਵਾਲੇ ਦਿੱਲੀ ਹਾਈ ਕੋਰਟ ਦੇ 1 ਜੁਲਾਈ ਦੇ ਫੈਸਲੇ ਵਿਰੁੱਧ BRS ਆਗੂ ਦੀਆਂ ਪਟੀਸ਼ਨਾਂ ਨੂੰ ਸੁਣਨ ਉੱਤੇ ਸਹਿਮਤੀ ਜਤਾਈ ਹੈ। ਕਵਿਤਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਬੈਂਚ ਨੂੰ ਦੱਸਿਆ ਕਿ ਉਹ ਤਕਰੀਬਨ 5 ਮਹੀਨੇ ਤੋਂ ਹਿਰਾਸਤ ਵਿੱਚ ਹੈ ਅਤੇ CBI ਅਤੇ ED ਨੇ ਚਾਰਜਸ਼ੀਟ ਅਤੇ ਮੁਕੱਦਮੇ ਦੀਆਂ ਸ਼ਿਕਾਇਤਾਂ ਦਾਇਰ ਕੀਤੀਆਂ ਸਨ। ਇਸਤਗਾਸਤ ਦੀ ਸ਼ਿਕਾਇਤ ED ਦੀ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਦੀ ਚਾਰਜਸ਼ੀਟ ਹੁੰਦੀ ਹੈ। ਰੋਹਤਗੀ ਨੇ ਕਿਹਾ ਕਿ ਇਹਨਾਂ ਦੋਵਾਂ ਮਾਮਲਿਆਂ ਵਿੱਚ ਤਕਰੀਬਨ 500 ਗਵਾਹ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸੋਦੀ ਦੀਆਂ ਪਟੀਸ਼ਨਾਂ ਉੱਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਰੋਹਤਗੀ ਨੇ ਕਿਹਾ ਕਿ ਕਵਿਤਾ ਨੂੰ ਜ਼ਮਾਨਤ ਦਾ ਅਧਿਕਾਰ ਹੈ। ਇਸ ਤੋਂ ਬਾਅਦ ਬੈਂਚ ਨੇ ਅਗਲੀ ਸੁਣਵਾਈ ਲਈ 20 ਅਗਸਤ ਦੀ ਤਰੀਕ ਤੈਅ ਕੀਤੀ ਹੈ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਬ੍ਰਿਗੇਡੀਅਰ ਜਨਰਲ ਸੇਵਾ ਮੁਕਤ ਐਮ ਸਖਾਵਤ ਹੁਸੈਨ ਨੇ ਪ੍ਰਦਰਸ਼ਨਕਾਰੀ ਨੂੰ ਕਿਹਾ ਕਿ 19 ਅਗਸਤ ਤੱਕ ਸਾਰੇ ਗੈਰ ਕਾਨੂੰਨੀ ਅਤੇ ਅਣਅਧਿਕਾਰਤ ਹਥਿਆਰ ਜਮ੍ਹਾਂ ਕਰਵਾਉਣ, ਜਿਨ੍ਹਾਂ ਵਿੱਚ ਹਾਲੀਆ ਹਿੰਸਾ ਦੌਰਾਨ ਏਜੰਸੀਆਂ ਤੋਂ ਲੁੱਟੀ ਗਈ ਰਾਈਫਲ ਵੀ ਸ਼ਾਮਲ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। ਗੈਰ ਮੁਲਕੀ ਮੀਡੀਆ ਦੀ ਰਿਪੋਰਟ ਮੁਤਾਬਕ ਹੁਸੈਨ ਨੇ ਕਿਹਾ ਕਿ ਜੇਕਰ ਇਹ ਹਥਿਆਰ ਨੇੜਲੇ ਥਾਣੇ ਵਿੱਚ ਜਮ੍ਹਾਂ ਨਹੀਂ ਕੀਤੇ ਗਏ ਤਾਂ ਅਧਿਕਾਰੀ ਤਲਾਸ਼ੀ ਮੁਹਿੰਮ ਸ਼ੁਰੂ ਕਰਨਗੇ ਅਤੇ ਜੇਕਰ ਕੋਈ ਅਣਅਧਿਕਾਰਤ ਹਥਿਆਰਾਂ ਨਾਲ ਮਿਲਿਆ ਤਾਂ ਉਸ ਦੇ ਵਿਰੁੱਧ ਦੋਸ਼ ਆਇਦ ਕੀਤੇ ਜਾਣਗੇ। ਹੁਸੈਨ ਇੱਥੇ ਕੰਬਾਈਂਡ ਮਿਲਟਰੀ ਹਸਪਤਾਲ ਵਿੱਚ ਅਰਧ ਸੈਨਿਕ ਬਲ ਬੰਗਲਾਦੇਸ਼ ਅਨਸਾਰ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਅੱਜ ਬੀਬੀਐਮਬੀ ਹਸਪਤਾਲ ਤਲਵਾੜਾ ਨੂੰ ਅਪਗ੍ਰੇਡ ਕਰਨ ਦੀ ਮੰਗ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਅਤੇ ਊਰਜਾ ਮੰਤਰੀ ਮਨੋਹਰ ਲਾਲ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਬੀਬੀਐਮਬੀ ਹਸਪਤਾਲ ਨੂੰ ਅਪਗ੍ਰੇਡ ਕਰਨ ਲਈ ਮੰਗ ਪੱਤਰ ਦਿੱਤਾ। ਮੰਤਰੀ ਸਾਹਿਬਾਨ ਨੇ ਉਹਨੂੰ ਭਰੋਸਾ ਦਿਵਾਇਆ ਕਿ ਤਲਵਾੜਾ ਹਸਪਤਾਲ ਨੂੰ ਅਪਗ੍ਰੇਡ ਕਰਕੇ ਬਿਹਤਰੀਨ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਹਰਭਜਨ ਸਿੰਘ ਨੇ ਦੋਵੇਂ ਮੰਤਰੀਆਂ ਦਾ ਧੰਨਵਾਦ ਕੀਤਾ। ਬੀਤੇ ਦਿਨ ਹੁਸ਼ਿਆਰਪੁਰ ਦੇ ਜੇਜੋਂ ਵਿੱਚ ਵਾਪਰੇ ਕਾਰ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦਾ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਅਤੇ ਲਾਸ਼ਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਸੰਸਦ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਇਹ ਇੱਕ ਮੰਦਭਾਗੀ ਘਟਨਾ ਅਤੇ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪੀੜਿਤ ਪਰਿਵਾਰ ਦੇ ਨਾਲ ਖੜ੍ਹੀ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਵੱਲੋਂ ਇਸ ਘਟਨਾ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਸੰਸਦ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੀਤੇ ਕੱਲ੍ਹ ਵਾਪਰੀ ਇਸ ਘਟਨਾ ਤੋਂ ਬਾਅਦ ਸਰਕਾਰ ਵੱਲੋਂ ਸਭ ਤੋਂ ਵੱਡਾ ਕੰਮ ਇਹ ਕੀਤਾ ਗਿਆ ਕਿ ਜਿਸ ਥਾਂ ਉੱਤੇ ਘਟਨਾ ਵਾਪਰੀ ਸੀ ਉਸੇ ਥਾਂ ਉੱਤੇ ਤੁਰੰਤ ਪੁਲ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ। ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਨ ਵਿੱਚ ਮਦਦ ਕੀਤੀ ਹੈ ਉਹਨਾਂ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇਗਾ। ਦੁੱਖਦਾਈ ਔਰ ਦਰਦਨਾਕ ਘਟਨਾ ਕਰ ਮੌਕੇ 'ਤੇ ਡਾਕਟਰ ਰਾਜ ਕੁਮਾਰ ਜੀ ਜਦੋਂ ਇਹ ਘਟਨਾ ਹੋ ਗਈ ਸੀ ਸਾਰੀ ਐਡਮਿਨਿਸਟ੍ਰੇਸ਼ਨ SDRF NDRF ਦੀਆਂ ਟੀਮਾਂ ਪਹੁੰਚ ਗਈਆਂ ਆਪਣੇ ਵੱਲੋਂ ਜਿੰਨੀ ਜਲਦੀ ਪਹੁੰਚ ਸਕਦੀਆਂ ਸੀ ਬਟ ਕਿਉਂਕਿ ਉਹਦੇ 'ਚ ਟਾਈਮ ਨਹੀਂ ਸੀਗਾ ਕੋਈ ਵੀ ਔਰ ਜਿਹੜਾ ਇੱਕ ਬੱਚਾ ਬਚ ਗਿਆ ਇਸ ਪਰਿਵਾਰ ਦੇ ਵਿੱਚੋਂ ਉਹ ਜਿਹੜੇ ਉੱਥੇ ਦੇ ਲੋਕ ਆ ਉਹਨਾਂ ਨੂੰ ਸ਼ਾਬਾਸ਼ ਆ ਵੀ ਉਹਨਾਂ ਨੇ ਵੀ ਜਾਨ 'ਤੇ ਖਿਲ ਕੇ ਉਹਨੂੰ ਬਚਾਇਆ। ਬਾਕੀਆਂ ਦੀ ਸਿਚੁਏਸ਼ਨ ਇੱਦਾਂ ਨਹੀਂ ਸੀਗੀ ਵੀ ਉਹਨਾਂ ਨੂੰ ਫੜ ਸਕਦੇ ਜਾਂ ਕੁਛ ਕਰ ਸਕਦੇ ਉਹਨਾਂ ਲਈ ਕਿਉਂਕਿ ਵੱਡਾ ਇੱਕ ਲੋਡਰ ਖੜ੍ਹਾ ਸੀਗਾ ਉਹਨੂੰ ਦੇਖ ਕੇ ਇਹਨੇ ਬਾੜੀ ਕਾਢੀ ਉਹ ਵੀ ਸਕਸ਼ਮ ਨਹੀਂ ਸੀਗਾ ਉਸ ਮੌਕੇ 'ਤੇ ਜਾਣ ਦੇ ਇੰਨਾ ਪਾਣੀ ਦਾ ਪ੍ਰੈਸ਼ਰ ਸੀ 6-7 ਫੁੱਟ ਪਾਣੀ ਹੈ ਔਰ ਜੇ ਸਭ ਤੋਂ ਵੱਡੀ ਗੱਲ ਸੀ ਜੋ ਲੋਕ ਦੱਸਦੇ ਆ 'ਚ ਮੰਦਭਾਗੀ ਘਟਨਾ ਇਹ ਵੀ ਹੈ ਵੀ ਰੋਕਣ ਦੇ ਬਾਵਜੂਦ ਵੀ ਉਹ ਜਿੱਦਾਂ ਲਿਖਿਆ ਹੁੰਦਾ ਨਾ ਜਿਹਨੂੰ ਕਹਿੰਦੇ ਆ ਔਰ ਇੱਕ ਗੱਡੀ 'ਚ ਸ਼ਿਫਟ ਹੋ ਗਿਆ 12 ਬੰਦੇ 2 ਗੱਡੀਆਂ 'ਚ ਸੀਗੇ ਅਤੇ ਇੱਕ ਅਨੋਵਾ 'ਚ ਸ਼ਿਫਟ ਹੋ ਗਿਆ ਜਿਹਦਾ ਅਸੀਂ ਕੱਲ੍ਹ ਦੇਖਿਆ ਉੱਥੇ ਹਾਲਾਤ ਕੀ ਸੀਗੇ ਉਸ ਗੱਡੀ ਦੇ ਔਰ ਕੱਲ੍ਹ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਵੀ ਉਸ ਗੱਲ ਹੋਈ ਔਰ ਸਰਕਾਰ ਵੱਲੋਂ ਜੋ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਰੋਲ ਕਰਨਾ ਸੀ ਡਿਪਟੀ ਕਮਿਸ਼ਨਰ ਸਾਹਿਬ SSP ਸਾਹਿਬ SP ਸਵਾਨ ਡਾਕਟਰ ਰਾਜ ਕੁਮਾਰ ਜੀ ਮੌਕੇ 'ਤੇ ਮੇਰੇ ਤੋਂ ਪਹਿਲਾਂ ਪਹੁੰਚ ਗਏ ਸੀ ਉੱਥੇ ਜਾ ਕੇ ਅਤੇ ਇਹ ਤੋਂ ਬੱਚੇ ਨੂੰ ਵੀ ਜਿਹੜੀ ਜਿਹਦੀ ਜਾਨ ਬਚ ਗਈ ਉਹਨੂੰ ਵੀ ਮਿਲ ਕੇ ਆਏ ਆ ਹੋਸਪਿਟਲ ਜਾ ਕੇ ਔਰ ਕੱਲ੍ਹ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਕੇ ਜਦੋਂ ਤੱਕ ਸਿਵਲ ਸਰਜਨ ਸਾਹਿਬ ਵੀ ਅਸੀਂ ਸਾਰੇ ਹੁਣ ਤੱਕ ਉਚਾਰਾ ਨਹੀਂ ਸੀ ਲੇਕਿਨ ਮੁੱਖ ਮੰਤਰੀ ਨੇ ਕਿਹਾ ਸੀ 4 ਲੱਖ ਰੁਪਈਆ ਸਟੇਟ ਸਰਕਾਰ ਵੱਲੋਂ ਹਰੇਕ ਜੀਅ ਦਾ ਜਿਹੜਾ ਚਲਾ ਗਿਆ ਤਾਂ ਉਹਦਾ ਲੈ 2 ਜੀਅ ਹਾਲੇ ਤਾਂ ਲੱਭੇ ਨਹੀਂ ਉਹਦੇ ਲਈ ਵੀ ਪੂਰੀ ਕੋਸ਼ਿਸ਼ ਹੈ। ਐਡਮਿਨਿਸਟ੍ਰੇਸ਼ਨ ਸਵੇਰ ਦੇ ਜਲੰਧਰੋਂ ਡੋਗ ਸਕੁਐਡ ਮੰਗਾਇਆ 5 ਕਿਲੋਮੀਟਰ ਤੱਕ ਦੀ ਸਰਚ ਹੋ ਚੁੱਕੀ ਸੀ ਲੇਕਿਨ ਹਾਲੇ ਤੱਕ ਕਾਮਯਾਬੀ ਨਹੀਂ ਮਿਲੀ ਲੇਕਿਨ ਜੇ ਇਹ ਵੀ ਡੈਫੀਨੇਟਲੀ ਕਿਤੇ ਮਿੱਟੀ ਦੇ ਥੱਲੇ ਦੱਬ ਗਏ ਆ ਲੇਕਿਨ ਜ਼ਰੂਰ ਉਹਦੇ ਵਿੱਚ ਜਲਦ ਤੋਂ ਜਲਦ ਕਾਮਯਾਬੀ ਮਿਲੇਗੀ। ਸਾਡੀ ਸੰਵੇਦਨਾ ਕੱਲ੍ਹ ਦੇ ਅਸੀਂ ਇੱਥੇ ਹੀ ਹਾਂ ਸਾਰੇ ਜਾਣੇ। ਮੈਂ ਸਮਝਦਾ ਕਿ ਬਦਕਿਸਮਤੀ ਰਹੀ ਸਾਡੇ ਉੱਥੇ ਪੁਲਿਸ ਆਫਿਸਰ ਮੌਜੂਦ ਸੀ ਹੜ੍ਹ ਵਾਲੀ ਜਗ੍ਹਾ 'ਤੇ ਔਰ ਮਨਾ ਕਰਨ ਦੇ ਬਾਵਜੂਦ ਵੀ ਜਿਸ ਤਰ੍ਹਾਂ ਕਿ ਹੋਣੀ ਹੁੰਦੀ ਹੈ ਪੰਜਾਬੀ ਦੇ ਵਿੱਚ ਕਹਿੰਦੇ ਆ ਔਰ ਉਹ ਇਨੋਵਾ ਕਾਰ ਦੇ ਵਿੱਚ ਲਗਭਗ 12 ਦੇ ਕਰੀਬ ਸਵਾਰ ਸਨ ਔਰ ਸਣੇ ਡਰਾਈਵਰ ਜਿਹੜੀ 9 ਜਿਹੜੀਆਂ ਲਾਸ਼ਾਂ ਮਿਲ ਚੁੱਕੀਆਂ 2 ਦਾ ਹਜੇ ਤੱਕ ਪਤਾ ਨਹੀਂ ਉਹਨਾਂ 'ਚੋਂ 1 ਜਿਹੜਾ ਹੈ ਉਸ ਦਾ ਬਚਾਅ ਹੈ ਔਰ ਇਸ ਦੇ ਲਈ ਅਸੀਂ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ ਔਰ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਜਿੰਪਾ ਜੀ ਨੇ ਦੱਸਿਆ ਕਿ ਸਾਰਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ NDRF ਦੀਆਂ ਟੀਮਾਂ
ਜੋ ਰਿਸਪੋਂਸ ਸੀ ਉਹ ਬਹੁਤ, ਮੈਂ ਸਮਝਦਾ ਕਿ ਬਹੁਤ ਜਲਦੀ ਉੱਥੇ ਪਹੁੰਚੇ, ਬਹੁਤ ਕੋਸ਼ਿਸ਼ ਕੀਤੀ, ਪਰ ਇਹ ਵੀ ਬਚਾ ਨਹੀਂ ਸਕੇ। ਇਹ ਗੱਲ ਇਸ ਗੱਲ ਦਾ ਬਹੁਤ ਜ਼ਿਆਦਾ ਅਫਸੋਸ ਹੈ। ਔਰ ਦੂਸਰਾ, ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ, ਉਹਨਾਂ ਵੱਲੋਂ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ ਔਰ ਉਹਨਾਂ ਵੱਲੋਂ ਸਪੈਸ਼ਲ ਜੋ ਹੈ 4 ਲੱਖ ਦੀ ਅਮਾਊਂਟ ਦਾ ਐਲਾਨ ਕੀਤਾ ਗਿਆ। ਔਰ ਇਸ ਦੇ ਨਾਲ ਨਾਲ ਜਿਨ੍ਹਾਂ ਉੱਥੇ ਪਿੰਡ ਦੇ ਲੋਕਾਂ ਨੇ ਇਹਨਾਂ ਨੂੰ ਬਚਾਉਣ ਦੇ ਵਿੱਚ ਬਹੁਤ ਪ੍ਰਯਾਸ ਕੀਤਾ, ਉਹਨਾਂ ਨੂੰ ਵੀ 15 ਅਗਸਤ ਨੂੰ ਜਿਹੜਾ ਉਹ ਸਨਮਾਨਿਤ ਕੀਤਾ ਜਾਏਗਾ। ਔਰ ਇਸ ਤੋਂ ਇਲਾਵਾ ਜੋ ਉੱਥੇ, ਮੈਂ ਸਮਝਦਾ ਕਿ ਇਸ ਵਾਰ ਉਹ ਮੰਗ ਜਿਹੜੀ ਹੈ, ਮੰਤਰੀ ਸਾਹਿਬ ਵੀ ਪਹਿਲਾਂ ਸਾਲ ਕੁ ਪਹਿਲਾਂ ਜਾ ਕੇ ਆਏ ਸੀ ਉੱਥੇ, ਪਰ ਕਦੇ ਵੀ ਮੈਂ ਵੀ ਉੱਥੇ MLA ਲਗਾਤਾਰ ਰਿਹਾ, ਪਰ ਕਿਸੇ ਨੇ ਉੱਥੇ ਪੁਲ ਦੀ ਮੰਗ ਜਿਹੜੀ ਆ ਉਹ ਰੱਖੀ ਨਹੀਂ ਸੀ। ਸੋ ਉਹਨਾਂ ਦੀ ਪੁਲ ਦੀ ਮੰਗ ਰੇਜ਼ ਕਰਨ 'ਤੇ, ਰੱਖਣ 'ਤੇ ਉਸ ਨੂੰ ਵੀ ਅਸੀਂ ਜਿਹੜਾ ਤੁਰੰਤ ਪ੍ਰਭਾਵ ਦੇ ਨਾਲ ਉਹਨੂੰ ਮਨਜ਼ੂਰ ਕੀਤਾ ਅਤੇ ਉੱਥੇ ਪੁਲ ਵੀ ਬਹੁਤ ਜਲਦੀ ਬਣਾਵਾਂਗੇ ਤਾਂ ਕਿ ਇਨ ਫਿਊਚਰ ਇਸ ਤਰ੍ਹਾਂ ਦੇ ਨੁਕਸਾਨ ਜਿਹੜੇ ਉਹ ਨਾ ਹੋਣ। ਬਾਕੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਰਾ ਪੰਜਾਬ, ਸਾਡੇ ਮੁੱਖ ਮੰਤਰੀ ਪੰਜਾਬ, ਸਾਡੇ ਕੈਬਨਿਟ ਮੰਤਰੀ ਸਾਹਿਬ, DC ਸਾਹਿਬ, SSP, ਸਾਰੀ ਐਡਮਿਨਿਸਟ੍ਰੇਸ਼ਨ, ਆਮ ਆਦਮੀ ਪਾਰਟੀ, ਸਾਡਾ ਹਰ ਵਰਕਰ, ਸਾਡਾ ਹਰ ਸਾਥੀ, ਅਸੀਂ ਪਰਿਵਾਰਾਂ ਦੇ ਨਾਲ ਚਟਾਨ ਵਾਂਗ ਖੜ੍ਹੇ ਹਾਂ। ਔਰ ਵਾਹਿਗੁਰੂ ਉਹਨਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਸੱਚੇ ਪਾਤਸ਼ਾਹ ਵਿਛੜੀਆਂ ਹੋਈਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਦੀਵੀ ਨਿਵਾਸ ਬਖਸ਼ੇ। ਕਾਂਗਰਸ ਨੇ ਹਿੰਡਨਬਰਗ ਰਿਪੋਰਟ ਨੂੰ ਲੈ ਕੇ ਸੇਬੀ ਅਤੇ ਭਾਜਪਾ ਉੱਤੇ ਸ਼ਬਦੀ ਹਮਲਾ ਬੋਲਿਆ। ਕਾਂਗਰਸ ਨੇ ਸੇਬੀ ਮੁਖੀ ਮਾਧਵੀ ਬੁੱਚ ਤੋਂ ਅਸਤੀਫਾ ਮੰਗਿਆ। ਨਾਲ ਹੀ ਸੁਪਰੀਮ ਕੋਰਟ ਤੋਂ ਇਸ ਮਾਮਲੇ ਦੀ ਜਾਂਚ CBI ਜਾਂ SIT ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸੇਬੀ ਅਡਾਨੀ ਮਾਮਲੇ ਵਿੱਚ ਸਮਝੌਤਾ ਕਰ ਸਕਦੀ ਹੈ, ਇਸ ਲਈ ਮੋਦਾਨੀ ਮਹਾਘੁਟਾਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਯਾਨੀ ਕਿ JPC ਬਣਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੇਬੀ ਨੇ ਇਸ ਮਾਮਲੇ ਵਿੱਚ ਕਾਫ਼ੀ ਸਰਗਰਮੀ ਵਿਖਾਈ ਹੈ। ਉਸਨੇ ਹਿੰਡਨਬਰਗ ਨੂੰ 100 ਸੰਮਨ, 1100 ਚਿੱਠੀਆਂ ਅਤੇ ਈਮੇਲ ਜਾਰੀ ਕੀਤੀਆਂ ਨੇ ਅਤੇ 12000 ਪੰਨਿਆਂ ਵਾਲੇ 308 ਦਸਤਾਵੇਜ਼ਾਂ ਦੀ ਜਾਂਚ ਕੀਤੀ, ਪਰ ਮੁੱਖ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ। ਹਰਿਆਣਾ ਵਾਸੀ ਹੈਪੀ ਕਾਰਡ ਨਾਲ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨਗੇ। ਹਰਿਆਣਾ ਵਿੱਚ ਘੱਟੋ ਘੱਟ ਆਮਦਨ ਵਾਲੇ ਅੰਤੋਦਿਆ ਪਰਿਵਾਰਾਂ ਨੂੰ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਰੋਡਵੇਜ਼ 'ਤੇ ਮੁਫ਼ਤ ਯਾਤਰਾ ਦੀ ਸਹੂਲਤ ਦੇਣ ਲਈ ਸਰਕਾਰ ਨੇ ਹੈਪੀ ਕਾਰਡ ਬਣਾਉਣੇ ਸ਼ੁਰੂ ਕੀਤੇ ਨੇ। ਕੁਰੂਕਸ਼ੇਤਰ ਵਿੱਚ ਬੱਸ ਸਟੈਂਡ ਦੇ ਇੰਚਾਰਜ ਗਗਨਦੀਪ ਸਿੰਘ ਨੇ ਕਿਹਾ ਕਿ ਸਾਲ ਵਿੱਚ 1000 ਕਿਲੋਮੀਟਰ ਦੇ ਫ੍ਰੀ ਸਫ਼ਰ ਲਈ ਹੈਪੀ ਕਾਰਡ ਬਣਾਏ ਜਾ ਰਹੇ ਨੇ। ਉਹਨਾਂ ਕਿਹਾ ਕਿ ਲਾਭਪਾਤਰੀ ਨੂੰ ਫੋਨ ਉੱਤੇ ਸੂਚਿਤ ਕੀਤਾ ਜਾ ਰਿਹਾ ਕਿ ਉਹਨਾਂ ਦੇ ਕਾਰਡ ਬਣ ਕੇ ਤਿਆਰ ਹੋ ਚੁੱਕੇ ਨੇ। ਦੱਸ ਦਈਏ ਕਿ ਇਸ ਕਾਰਡ ਰਾਹੀਂ 22.99 ਲੱਖ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ। ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਨੇ। ਦੱਸ ਦਈਏ ਕਿ ਹਰਿਆਣਾ ਸਰਕਾਰ ਇਸ ਯੋਜਨਾ ਉੱਤੇ ਤਕਰੀਬਨ 600 ਕਰੋੜ ਰੁਪਏ ਖਰਚ ਕਰੇਗੀ। ਨਗਰ ਕੌਂਸਲ ਜੀਰਾ ਦੀ ਪ੍ਰਧਾਨਗੀ ਦੀ ਚੋਣ SDM ਸੂਰਜ ਕੁਮਾਰ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕਟਾਰੀਆ ਵੀ ਮੌਜੂਦ ਰਹੇ। 16 ਵੋਟਾਂ ਵਿੱਚੋਂ 9 ਵੋਟਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਉਮੀਦਵਾਰ ਨੂੰ ਪਈਆਂ, ਜਿਸ ਤੋਂ ਬਾਅਦ ਸਰਬਜੀਤ ਕੌਰ ਨੂੰ ਜੇਤੂ ਐਲਾਨ ਦਿੱਤਾ ਗਿਆ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਪ੍ਰਧਾਨ ਸਰਬਜੀਤ ਕੌਰ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੇ ਵਿਕਾਸ ਵਾਸਤੇ ਜਿਸ ਤਰ੍ਹਾਂ ਦਾ ਵੀ ਫੰਡ ਚਾਹੀਦਾ ਹੋਵੇਗਾ ਉਹ ਸਰਕਾਰ ਕੋਲੋਂ ਲਿਆ ਕੇ ਦੇਣਗੇ। ਬੜੇ ਨਿਰਪੱਖ ਚੋਣ ਹੋਈ ਆ। ਸਾਡੇ ਸਤਿਕਾਰਯੋਗ ਸੂਰਜ ਕੁਮਾਰ ਜੀ SDM ਸਾਹਿਬ ਦੀ ਡਿਊਟੀ ਲੱਗੀ ਸੀ ਅਤੇ ਬਿਲਕੁਲ ਹੀ ਕਿਸੇ ਦਾ ਮੋਬਾਈਲ ਨਹੀਂ ਅੰਦਰ ਜਾਣ ਦਿੱਤਾ, ਕਿਸੇ ਦੀ ਕੋਈ ਫਾਲਤੂ ਬੰਦਾ ਨਹੀਂ, ਸਿਰਫ ਇਕੱਲੇ MC ਗਏ ਆ। ਇਹ ਹੁਣ ਜੋ ਮਰਜ਼ੀ ਕਰ ਜਾਣ, ਇਹਨਾਂ ਕੋਲ ਬੰਦੇ ਹੀ ਆ ਨਹੀਂ ਸੀਗੇ। ਜੋ ਬੰਦੇ ਹੁੰਦੇ ਤਾਂ ਸਾਈਨ ਤਾਂ ਅੰਦਰ ਕਰਕੇ ਜਾਂਦੇ, 7 ਬੰਦਿਆਂ ਦੇ ਸਾਈਨ ਹੋਏ ਆ ਆਪਣੇ 9 ਬੰਦਿਆਂ ਦੇ। ਹਜੇ ਕਿ ਮੇਰੀ ਵੋਟ ਵੀ ਪੈਣੀ ਹੁੰਦੀ ਹੈ, ਮੈਂ ਤਾਂ ਹਜੇ 10ਵੀਂ ਸੀ ਮੇਰੀ, ਅਤੇ 9 ਚਾਹੀਦੇ ਅਤੇ 9 ਸਾਡਿਆਂ ਨੇ ਸਾਈਨ ਕਰ ਦਿੱਤੇ ਸੀਗੇ। ਅਤੇ ਬਹੁਤ ਮੈਂ ਸਾਰਿਆਂ ਭਰਾਵਾਂ ਦਾ ਧੰਨਵਾਦ ਕਰਦਾ MC ਸਾਹਿਬ ਦਾ,
ਅਤੇ ਇਲਾਕਾ ਨਿਵਾਸੀਆਂ ਦਾ, ਜਿਨ੍ਹਾਂ ਨੇ ਐਡਾ ਵੱਡਾ ਮਾਣ ਬਖਸ਼ਿਆ ਵਾ। ਅੱਜ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਸਾਰੇ ਜੱਜ ਸਾਹਿਬ ਕਹਿੰਦੇ ਹਾਂ, ਅਤੇ ਉਹਨਾਂ ਦੇ ਧਰਮ ਪਤਨੀ ਅੱਜ ਸ਼ਹਿਰ ਦੇ ਮਿਊਂਸੀਪਲ ਕਮੇਟੀ ਦੇ ਪ੍ਰੈਜੀਡੈਂਟ ਬਣੇ ਆ। ਬਹੁਤ ਬਹੁਤ ਮੁਬਾਰਕਾਂ। ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਕੁ ਅਸੀਂ ਸੋਚੀ ਬੈਠੇ ਹਾਂ ਜੋ ਕੰਮ ਕਰਨਾ। ਹੁਣ ਬਹੁਤ ਸਾਰੇ ਲੋਕ ਸਾਨੂੰ ਲਾਂਭਾ ਦਿੰਦੇ ਸੀ, ਤੁਸੀਂ ਕੂੜਾ ਨਹੀਂ ਚੱਕਦੇ, ਤੁਸੀਂ ਉਹ ਨਹੀਂ ਕਰਦੇ, ਤੁਹਾਡਾ ਪਾਣੀ ਗਲੀਆਂ ਦੇ ਵਿੱਚ ਪਾਣੀ ਤੁਰਿਆ ਫਿਰਦਾ। ਇਹ ਸਾਰੀ ਜ਼ਿੰਮੇਵਾਰੀ ਮਿਊਂਸੀਪਲ ਕਮੇਟੀ ਦੇ MCਾਂ ਦੀ ਅਤੇ ਪ੍ਰਧਾਨ ਦੀ ਹੁੰਦੀ ਹੈ। ਜਦੋਂ ਪ੍ਰਧਾਨ ਉਹਨਾਂ ਦਾ ਸੀਗਾ ਕਾਂਗਰਸ ਪਾਰਟੀ ਦਾ, ਅਤੇ MC ਵੀ ਉਹਨਾਂ ਦੇ ਸੀਗੇ, ਅਤੇ ਵਿੱਚ ਆਣ ਕੇ ਕੋਈ ਨਾ ਕੋਈ ਇਹੋ ਜਿਹੀ ਅੜਚਨ ਪਾਉਂਦੇ ਸੀ ਜਿਹਦੇ ਨਾਲ ਕੰਮ ਰੁਕ ਜਾਂਦਾ ਸੀ। ਹੁਣ ਸਾਰੇ MC ਆਪਣੇ ਨਾਲ, ਅਤੇ ਪ੍ਰਧਾਨ ਵੀ ਆਪਣਾ ਵਾ, ਅਤੇ ਸਾਰਾ ਕੁਛ ਆ। ਸ਼ਹਿਰ ਤੁਸੀਂ ਇੱਕ ਹਫ਼ਤੇ ਬਾਅਦ ਵੇਖ ਲਿਆ ਜੀ, ਇਹੀ ਸ਼ਹਿਰ ਕਿੱਧਰ ਨੂੰ ਕਿੱਡਾ ਵਧੀਆ ਅਤੇ ਸੋਹਣਾ ਅਤੇ ਸੁਥਰਾ ਬਣਾ ਦਿੰਦੇ। ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਦੀ ਅਗਵਾਈ ਵਿੱਚ ਆਗੂਆਂ ਨੇ ਮੋਗਾ ਵਿੱਚ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਐਸੋਸੀਏਸ਼ਨ ਦੇ ਆਗੂ ਗੁਰਵਿੰਦਰ ਸਿੰਘ, ਅਮਨਦੀਪ ਕੌਰ, ਗੁਰਸਿਮਰਨ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ 2500 CHO ਪਿੰਡਾਂ ਵਿੱਚ ਚੱਲਦੇ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਸਿਹਤ ਸੇਵਾਵਾਂ ਦੇ ਰਹੇ ਨੇ, ਅਤੇ ਜ਼ਮੀਨੀ ਪੱਧਰ ਉੱਤੇ ਇਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਉਹ ਆਪਣੀ ਮੰਗਾਂ ਸੰਬੰਧੀ ਸਰਕਾਰ ਦੇ ਨੁਮਾਇੰਦਿਆਂ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ ਵਾਰ ਜਾਣੂ ਕਰਵਾ ਚੁੱਕੇ ਨੇ, ਪਰੰਤੂ ਕਿਸੇ ਵੱਲੋਂ ਵੀ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ। ਉੱਧਰ ਫਤਿਹਗੜ੍ਹ ਸਾਹਿਬ ਵਿਖੇ ਵੀ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਦੌਰਾਨ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ। ਲੁਧਿਆਣਾ ਦੇ ਕਾਂਗਰਸੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕਥਿਤ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਅੱਜ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੱਸ ਦਈਏ ਕਿ ਭਾਰਤ ਭੂਸ਼ਣ ਨੂੰ ED ਦੀ ਟੀਮ ਨੇ 9 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ 1 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ 5 ਦਿਨਾਂ ED ਰਿਮਾਂਡ 'ਤੇ ਭੇਜਿਆ ਗਿਆ ਸੀ। ਅੱਜ ਉਹਨਾਂ ਨੇ ਜੁਡੀਸ਼ੀਅਲ ਕਸਟਡੀ ਮੰਗੀ ਸੀ, ਜੁਡੀਸ਼ੀਅਲ ਕਸਟਡੀ ਹੋ ਗਈ ਹੈ ਅਤੇ 23 ਤਰੀਕ ਵਾਸਤੇ ਡੇਟ ਪਈ ਹੈ, 23 ਤਰੀਕ ਉਹਨਾਂ ਨੇ ਕੋਰਟ 'ਚ ਪੇਸ਼ ਕਰਨ ਦੀ ਦੁਬਾਰਾ। ਅਤੇ ਇਨ ਦਾ ਮੀਨ ਟਾਈਮ ਅਸੀਂ ਐਪਲੀਕੇਸ਼ਨ ਦਿੱਤੀ ਸੀਗੀ, ਉਹ ਜੱਜ ਸਾਹਿਬ ਨੇ ਕਿਹਾ ਕਿ ਜਿਹੜੀ ਥ੍ਰੈਟ ਪਰਸੈਪਸ਼ਨ ਹੈ ਉਹ ਜੇਲ੍ਹ ਅਥਾਰਟੀ ਵਿੱਚ ਸਾਈਨ ਜੀ। ਗੱਲਬਾਤ ਵੀ ਹੋਈ ਇਸ ਬਾਰੇ? ਨਹੀਂ, ਕੋਈ ਜ਼ਿਆਦਾ ਗੱਲ ਨਹੀਂ ਹੋਈ, ਕਿਉਂਕਿ ਉਹਨਾਂ ਨੇ ਜੁਡੀਸ਼ੀਅਲੀ ਮੰਗਿਆ ਸੀ, ਉਹ ਕਹਿੰਦੇ ਸਾਨੂੰ ਹੋਰ ਲੋੜ ਨਹੀਂ ਹੈ ਕੋਈ ਜੀ। ਕੋਈ ਪਤਾ ਲੱਗਿਆ ਕਿਸ ਰਿਮਾਂਡ ਦੇ ਵਿੱਚ ਕਈ ਹਾਸਲੇ? ਜੋ ਵੀ ਉਹਨਾਂ ਨੇ ਸਾਨੂੰ ਲਿਖ ਕੇ ਦੇਣਗੇ ਸਾਰੇ ਡਾਕੂਮੈਂਟ, ਬਾਕੀ ਉਹ ਤਾਂ ਟ੍ਰਾਇਲ ਦੀਆਂ ਗੱਲਾਂ ਬਾਅਦ। ਆਉਣ ਵਾਲੇ 78ਵੇਂ ਆਜ਼ਾਦੀ ਦਿਵਸ ਨੂੰ ਲੈ ਕੇ ਹਰ ਘਰ ਤਿਰੰਗਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ 114 ਬਟਾਲੀਅਨ ਦੇ ਕਮਾਂਡਰ ਅਸ਼ਵਨੀ ਕੁਮਾਰ ਝਾਅ ਨੇ ਦੱਸਿਆ ਕਿ ਉਹਨਾਂ ਦੀ ਬਟਾਲੀਅਨ ਵੱਲੋਂ ਸਾਈਕਲ ਰੈਲੀ ਅਤੇ ਮੋਟਰਸਾਈਕਲ ਰੈਲੀਆਂ ਕੱਢ ਕੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਤਿਰੰਗੇ ਪ੍ਰਤੀ ਜਾਗਰੂਕ ਕਰਵਾਇਆ ਜਾ ਰਿਹਾ ਹੈ, ਅਤੇ ਨਾਲ ਹੀ ਹਰ ਘਰ ਤਿਰੰਗਾ ਲਹਿਰਾਉਣ ਦੀ ਰਸਮ ਨੂੰ ਵੀ ਨਿਭਾਉਣ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਉਹਨਾਂ ਦੇ ਆਲਾ ਅਧਿਕਾਰੀ ਉਹਨਾਂ ਦਾ ਸਾਥ ਦੇ ਰਹੇ ਨੇ, ਨਾਲ ਹੀ ਉਹਨਾਂ ਨੇ ਇਸ ਕੰਮ ਵਿੱਚ ਸਹਿਯੋਗ ਦੇਣ ਲਈ ਮੀਡੀਆ ਦਾ ਧੰਨਵਾਦ ਕੀਤਾ। आज से हम हर घर तिरंगा कैंपेन की शुरुआत कर रहे हैं। बेसिकली हम कल से मतलब 13-15 इस मुहिम को चलाएंगे, लेकिन आज से इसकी शुरुआत है। और इस मुहिम के तहत हम लोग घर घर जाकर गांव में एवं शहर में बाइक रैली, साइकिल रैली, पैदल मार्च, इस तरह से हम सिविलियंस जो हैं, सिविल सोसाइटी, उनके दिलों में तिरंगा के प्रति अवेयरनेस पैदा करेंगे इंडियन नेशनल फ्लैग के लिए, और देशभक्ति का भी जज्बा उनके अंदर पैदा करने की कोशिश हम करेंगे। ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਤਰਨ ਤਾਰਨ ਰੋਡ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਬਦ ਕੀਰਤਨ ਨਾਮ ਸਿਮਰਨ ਸਤਸੰਗ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ
ਜੀਵਨ ਜੁਗਤ ਸਮਾਗਮ ਦਾ ਆਯੋਜਨ ਭਾਈ ਸਾਹਿਬ ਭਾਈ ਗੁਰੇਕਵਾਲ ਸਿੰਘ, ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਦੀ ਅਗਵਾਈ ਵਿੱਚ 17 ਅਗਸਤ ਨੂੰ ਰਾਤ 7 ਵਜੇ ਤੋਂ 9:30 ਵਜੇ ਤੱਕ ਕਰਵਾਇਆ ਜਾਵੇਗਾ। ਇਸ ਮੌਕੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਵਾਲੇ, ਭਾਈ ਸਾਹਿਬ ਭਾਈ ਗੁਰੇਕਵਾਲ ਸਿੰਘ, ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਕਥਾ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਇਸ ਮੌਕੇ ਮੈਨੇਜਰ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਚਾਹਤ, ਦਲਵੀਰ ਸਿੰਘ, ਗਗਨਦੀਪ ਸਿੰਘ, ਸੁਰਿੰਦਰਪਾਲ ਸਿੰਘ ਰਿੰਕੂ, ਮਨਪ੍ਰੀਤ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ। ਸ਼ਬਦ ਕੀਰਤਨ ਨਾਮ ਸਿਮਰਨ ਸਤਸੰਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ 4 ਸਤੰਬਰ 2024 ਨੂੰ ਆ ਰਿਹਾ ਹੈ, ਉਸ ਸੰਬੰਧ ਵਿੱਚ ਉਹ ਜੀਵਨ ਜੁਗਤ ਸਮਾਗਮ ਜਿਹੜੀਆਂ ਅਲੱਗ ਅਲੱਗ ਗੁਰਦੁਆਰੇ 'ਚ ਲੜੀਆਂ ਕਰਦੇ ਨੇ, ਉਸ ਲੜੀ ਦਾ ਸਮਾਗਮ 17 ਅਗਸਤ ਦਿਨ ਸ਼ਨੀਵਾਰ ਨੂੰ ਬੀਬੀ ਕੋਲਾਂ ਦੀ ਚੈਰੀਟੇਬਲ ਹਸਪਤਾਲ ਵਿਖੇ ਜੀਵਨ ਜੁਗਤ ਸਮਾਗਮ ਵੱਲੋਂ ਲੜੀ ਹੋ ਰਹੀ ਹੈ, ਜਿਹਦੇ ਵਿੱਚ ਸਾਡੇ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ, ਦਾਸਾਂ ਗਰੀਬਾਂ ਵੱਲੋਂ, ਔਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸਾਬਕਾ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਵੀ ਹਾਜ਼ਰੀਆਂ ਭਰ ਰਹੇ ਹੈ। 7 ਤੋਂ 9:30 ਵਜੇ ਤੱਕ ਇਹ ਕੀਰਤਨ ਸਮਾਗਮ ਹੋਣਗੇ, ਜਿਹਦੇ ਵਿੱਚ ਇਹ ਸ਼ਬਦ ਕੀਰਤਨ ਨਾਮ ਸਿਮਰਨ ਸਤਸੰਗ ਵੱਲੋਂ ਇੱਕ ਵਿਸ਼ਾ ਰੱਖਿਆ ਜਾਂਦਾ ਹੈ। 17 ਤਰੀਕ ਦਾ ਵਿਸ਼ਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੁੱਖ ਸੁੱਖ ਦਾ ਕੀ ਪਰਿਭਾਸ਼ਾ ਹੈ। ਇਸ ਵਿਸ਼ੇ ਦੇ ਅੰਤਰ ਸਾਰਾ ਕਥਾ ਕੀਰਤਨ ਹੋਵੇਗਾ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਸ਼ਨੀਵਾਰ 17 ਅਗਸਤ 7 ਵਜੇ ਤੋਂ ਲੈ ਕੇ 9:30 ਵਜੇ ਤੱਕ ਦੀਵਾਨ ਸੱਜਣੇ ਆ, ਮਹਾਂਪੁਰਖਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਆਪਾਂ ਪਰਿਵਾਰਾਂ ਸਮੇਤ, ਸੰਗਤਾਂ ਸਮੇਤ ਸਾਰੇ ਹੁੰਮ ਹੁੰਮ ਆ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਗੁਰੂ ਕੇ ਲੰਗਰ ਵੀ ਉੱਥੋਂ ਵਰਤਣਗੇ ਤੇ ਇਹ ਕੀਰਤਨ ਘਰਾਂ ਘਰਾਂ ਦੇ ਵਿੱਚ ਆਪ ਜੀ ਲਾਈਵ ਵੀ ਦੇਖ ਸਕੋਗੇ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦੇ ਮੌਸਮ ਦੇ ਹਾਲ ਤੇ, ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਪ ਦੇ ਨਾਲ। ਧੰਨਵਾਦ।